प्यार करना है ना शुरू तो सही दसी झूठा ओए नहीं जान दे सकना दे रिया सच्ची बच्ची हां मबदा सच्चियां मैं बफे क्या बाथरूम से पानी किने डोलना है बदमाश साहब हां जी ਤੁਹਾਡੇ ਅੱਬੂ ਬੱਚਿਆਂ ਦਾ ਇੱਕੋ ਰੰਗ ਦਾ ਕੱਪੜਾ ਲਿਆਉਂਦੇ ਨੇ ਕਿਉਂਕਿ ਕਿਆ ਬਸਾਈ ਬਣ ਕੇ ਜ਼ਿਆਦਾ ਨਹੀਂ ਕਿਸੇ ਤੋਂ ਸਾਰੀ ਫੈਮਿਲੀ ਦਾ ਪੁਰਾਣੀ ਰਿਸ਼ਤੇਦਾਰੀ ਹੈ ਅੱਬੂ ਹੈ ਹੁੰਦੇ ਤੇ ਲਿਆਉਂਦੇ ਨਾ ਤੁਹਾਡੇ ਕਦੀ ਲਿਆਏ ਹਾਂ ਮੇਰਾ ਮੇਰੀ ਅੰਮੀ ਆਏ ਹਾਏ ਆਈ ਲਵ ਯੂ ਟੂ ਆਪ ਕੌਣ ਐਂਕਰ ਐਂਕਰ ਅਸੀਂ ਬਦਮਾਸ਼ ਐਂਕਰ ਤੇ ਬਦਮਾਸ਼ ਦਾ ਅਜ਼ਲਾਂ ਤੋਂ ਰਿਸ਼ਤਾ ਹੈ ਹਾਂ ਉਹ ਬਦਮਾਸ਼ਾ ਮੈਂ ਤੇਰੀ ਬਦਮਾਸ਼ੀ ਐਂਕ ਕੱਢਣੀ ਹੈ ਐਂਚ ਅਸੀਂ ਬਦਮਾਸ਼ੀ ਲੈ ਅਸੀਂ ਬਦਮਾਸ਼ੀ ਲੈ ਕੇ ਬੈਠੇ ਨੂੰ ਤੂੰ ਕਦੀ ਕੱਢੀ ਨਹੀਂ ਇੰਨੇ ਸਾਲ ਤੋਂ ਕੋਈ ਮੌਕਾ ਹੀ ਨਹੀਂ ਦਿੱਤਾ ਇੱਥੇ ਆ ਕੇ ਬੋਲਿਆ ਬੈਕ ਸਟੇਟ ਤੇ ਤੇਰੇ ਕੋਲ ਬੋਲਿਆ ਨਹੀਂ ਜਾਂਦਾ ਪਿੱਛੇ ਤੇਰੀ ਅੰਮੀ ਬਹੁਤ ਸਖਤ ਹੈ ਨਾ ਉਹ ਬੇੜਾ ਅਗਰ ਬਰਗਰ ਹੀ ਮਗਾਈ ਜਾਂਦੀ ਪਤਾ ਨਹੀਂ ਜੇਲੋ ਛੁੱਟ ਗਈ ਹੈ ਤੇਰੀ ਅੰਮੀ ਨਾਲ 5 ਮਿੰਟ ਬੰਦਾ ਫ੍ਰੀ ਹੋਵੇ ਤਾਂ ਗੱਲ ਸੁਣੋ ਚੁੱਪ ਕਰ ਜੋ ਲਾਈਵ ਜਾ ਰਿਹਾ ਹਰ ਘਰ ਚ ਤੁਹਾਨੂੰ ਵੇਖਿਆ ਜਾ ਰਿਹਾ ਜਦੋਂ ਲਾਈਵ ਜਾ ਰਿਹਾ ਹੋਵੇ ਤੇ ਬੋਲੀ ਦਾ ਨਹੀਂ ਪੂਰੀ ਹੈ ਹਾਂ ਜੀ ਪੂਰੀ ਦੁਨੀਆ ਵੇਖ ਪੂਰੀ ਦੁਨੀਆ ਵੇਖ ਰਹੀ ਹੈ ਇਮਰਾਨ ਖਾਨ ਸਾਹਿਬ ਵੀ ਵੇਖ ਰਹੇ ਨੇ ਬਿਲਕੁਲ ਵੇਖ ਰਹੇ ਨੇ ਖਾਨ ਸਾਹਿਬ ਜੁਮੇਲੇ ਜਲਸੇ ਦਾ ਸਕੂਨ ਹੈ ਚਲੋ ਤੁਸੀਂ ਵੀ ਚਲੋ ਜਾ ਕੇ ਆਪਣਾ ਇਹ ਬਦਮਾਸ਼ਾ ਆਪਣੀ ਬਦਮਾਸ਼ੀ ਦਾ ਕੋਈ ਵਾਕਿਆ ਹੀ ਸੁਣਾ ਦੇ ਨਹੀਂ ਮਠਿਆਰੇ ਜਿਹੜੇ ਓਰੀਜਨਲ ਬਦਮਾਸ਼ ਹੁੰਦੇ ਨੇ ਉਹ ਵਾਕਿਆ ਘਾਟੀ ਸੁਣਾਉਂਦੇ ਨੇ ਅੱਛਾ ਜੀ ਅਸੀਂ ਤੈਨੂੰ ਬਚਪਨ ਦਾ ਇੱਕ ਵਾਕਿਆ ਸੁਣਾਉਨੇ ਆ ਉਹ ਸੁਣਾ ਉਹ ਕੋਈ ਜਵਾਨੀ ਦਾ ਵੀ ਵਾਕਿਆ ਸੁਣਾ ਦਿਆ ਕਰੋ ਤੁਹਾਡੇ ਕੋਲ ਨਿੱਕੇ ਨਿੱਕਿਆਂ ਨਾਲੇ ਵਾਕਿਆ ਜਵਾਨੀ ਜਵਾਨੀ ਰਹਿਣ ਹੀ ਨਹੀਂ ਦਿੱਤੀ ਤੁਸੀਂ ਹਾਂ ਇਹਦੇ ਬੇੜੇ ਗਰਕ ਹੋ ਗਏ ਨੇ ਕਿਉਂ ਅੱਛਾ ਜੀ ਤੂੰ ਤੇ ਸਾਰੀ ਜ਼ਿੰਦਗੀ ਕਿਸੇ ਨੂੰ ਕਹਿ ਨਹੀਂ ਸਕਦਾ ਕਿ ਮੈਂ ਜਦੋਂ ਵੱਡਾ ਹੋਇਆ ਸੀ ਹਾਂ ਤੂੰ ਕਹਿਣਾ ਲੇਕਿਨ ਜ਼ਿੰਦਗੀ 'ਚ ਇੱਕ ਵਾਕਿਆ ਤੈਨੂੰ ਸੁਣਾਉਨੇ ਮੇਰੀ ਇਹ ਸ਼ਹਜ਼ਾਦੀ ਏ ਹਾਂ ਮਲਕਾਂ ਦੇ ਮੁੰਡੇ ਜਦੋਂ ਮੈਂ ਛੋਟਾ ਬੜਾ ਕੂਲਾ ਹੁੰਦਾ ਸੀ ਪਿਆਰਾ ਹੁੰਦਾ ਸੀ ਅੱਛਾ ਕੂਲਾ ਬੜਾ ਪਿਆਰਾ ਹੈ ਮੈਨੂੰ ਲੋਕੀ ਪਾਪੜ ਪਾਪੜ ਕਹਿੰਦੇ ਹੁੰਦੇ ਸੀ ਤੈਨੂੰ ਤੇ ਐਵੇਂ ਗੋਦੀ 'ਚ ਤੈਨੂੰ ਤੇ ਐਵੇਂ ਗੋਦੀ 'ਚ ਚੁੱਕ ਕੇ ਲੈ ਜਾਂਦੇ ਨੇ ਮੇਲੇ ਬੋਲਾ ਮੇਲੇ ਬਿੱਟਾ ਮੇਲੇ ਮੰਮਾ ਹਾਂਜੀ 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 ਉਹ ਪਿਆਰ ਜੀ ਉਹ ਕੂਲਾ ਬਹੁਤ ਅੱਜ ਕੱਲ ਅਸੀਂ ਉਸ ਉਹਦੇ ਤੇ ਫਿਰ ਰਹੇ ਆ ਇਹਨੂੰ ਪਿਆਰ ਪਿਆਰ ਸੀ ਲੋਕੀ ਲੈ ਗਏ ਮਲਕਾਂ ਦੇ ਮੁੰਡੇ ਸੀ ਅੱਛਾ ਮੈਨੂੰ ਕਹਿੰਦਾ ਅਛੂ ਖਰੋਟ ਲੈਣਾ ਹੀ ਉਦੋਂ ਖੇਲੀ ਦੇ ਸੀ ਅੱਛਾ ਜੀ ਮੈਂ ਕਿਹਾ ਲੈਣੇ ਮੈਨੂੰ ਕਮਰੇ 'ਚ ਲੈ ਗਏ ਨੇ ਉਹ 4-5 ਮੁੰਡੇ ਸੀ ਉਹ ਜਾਂਦੇ ਮੈਨੂੰ ਖਰੋੜ ਦੇਣ ਲੱਗ ਗਏ ਮੈਂ ਕਿਹਾ ਭਾਈ ਮੈਂ ਖੇਲਣ ਵਾਲੇ ਲੈਣੇ ਆ ਅੱਛਾ ਆਹੋ ਉਹ ਫਿਰ ਉੱਥੋਂ ਬਦਮਾਸ਼ੀ ਬਸ ਝਾਕੇ ਲੱਦ ਗਏ ਵੱਡੇ ਬਦਮਾਸ਼ ਬਣ ਗਏ ਅਸੀਂ ਕੋਈ ਗੱਲ ਨਹੀਂ ਲੇਕਿਨ ਤੂੰ ਸਾਨੂੰ ਪਿਆਰੀ ਲੱਗਦੀ ਹੈ ਥੈਂਕ ਯੂ ਸੋਹਣਾ ਕਾਕਾ ਲੱਗਣਾ ਮੱਗੜਾ ਗੱਗੜੇ ਜਾਏ ਹੁਕਮ ਕਰ ਚਾਹੀਦਾ ਕੀ ਏ ਸਾਡਾ ਵੀ ਹੱਥ ਲਵਾ ਸੀ ਯਤੀਮ ਬਗੈਰਤੀ ਹੁੰਦੀ ਹੈ ਲੇਕਿਨ 9 ਬੰਦੇ ਬੜੇ ਬਗੈਰ ਸੀ ਇੱਕ ਬੰਦਾ ਅੱਲਾ ਦੀ ਜ਼ਿੰਦਗੀ ਆਇਆ ਮਜ਼ਾ ਨਾ ਨੇ ਮੁੱਖਾ ਮਾਰਿਆ ਨਾ ਠੁੱਡਾ ਮਾਰਿਆ ਉਹਨੇ ਕੀ ਕੀਤਾ ਮੇਰੇ ਮੂੰਹ ਤੇ ਥੁੱਕੀ ਜਾਏ ਤੂੰ ਤੇਰੀ ਰਾਤ ਅੱਥੂ ਅੱਜ ਥੁੱਕਣਾ ਨਫ਼ਰਤ ਹੋ ਗਈ ਤੁਹਾਨੂੰ ਅੱਜ ਕੀ ਮਤਲਬ ਹੈ ਪਹਿਲੇ ਕਿਹੜਾ ਮੈਨੂੰ ਥੁੱਕਾਂ ਪਸੰਦ ਸਨ ਜੇ ਤੂੰ ਫੋਨ ਕਰਕੇ ਕਹਿੰਦੀ ਹੈ ਪੈਕ ਕਰਕੇ ਥੁੱਕ ਭੇਜ ਥੋੜਾ ਜਿਹਾ ਚਾਹੀਦਾ ਅੱਥੂ ਅੱਛਾ ਜੀ ਆ ਲੇਕਿਨ ਅੱਛੂ ਨੂੰ ਤੂੰ ਜਾਣਦੇ ਨਹੀਂ ਅੱਛੂ ਦੇ ਅੱਛੂ ਦੇ ਬੜੇ ਬੜੇ ਫਕੂਏ ਹੋਏ ਨਹੀਂ ਕੀ ਮੈਂ ਕਹਿੰਦਾ ਬੜਾ ਵੱਡਾ ਬਦਮਾਸ਼ ਹੀ ਹੈ ਕਿੰਨਾ ਵੱਡਾ ਉਹ ਸ਼ੇਰਾਂ ਵਾਲੇ ਬਾਗ ਇੱਕ ਬਦਮਾਸ਼ ਨਾਲ ਹੱਥੋਂ ਪਈ ਹੋ ਗਿਆ ਫੇਰ ਉਹ ਸਾਡੇ ਅੱਛੂ ਨੂੰ ਚੜਿਆ ਗੁਸ਼ਾ ਉਹ ਇੱਕ ਪਾਸੇ ਗੱਡਰ ਸੀ ਗੁਸ਼ਾ ਇੱਕ ਪਾਸੇ ਗੱਡਰ ਸੀ ਇੱਕ ਪਾਸੇ ਸ਼ਹਿਦ ਦਾ ਡਰਮ ਪਿਆ ਸੀ ਅੱਪਾ ਮੇਰਾ ਅੱਪਾ ਅੱਛੂ ਨੇ ਉਹਨਾਂ ਦੇ ਬਦਮਾਸ਼ ਨੂੰ ਚੁੱਕ ਕੇ ਗੱਡਰ ਦੇ ਵਿੱਚ ਮਾਰਿਆ ਆਏ ਹੋਏ ਹੋਏ ਉਹ ਉਹਨਾਂ ਦੇ ਬਦਮਾਸ਼ ਨੇ ਗੱਡਰ ਜੋ ਬਾਹਰ ਨਿਕਲੇ ਅੱਛੂ ਨੂੰ ਚੁੱਕ ਕੇ ਸ਼ਹਿਦ ਵਾਲੇ ਡਰਮ 'ਚ ਮਾਰਿਆ ਅੱਛਾ ਦੋਵੇਂ ਬਾਹਰ ਨਿਕਲੇ ਉਹਨੂੰ ਚੱਟਦਾ ਫਿਰ ਉਹ ਇਹਨੂੰ ਚੱਟਦਾ ਫਿਰ ਦਿਲ ਖਰਾਬ ਕਰਨ ਵਾਲੀਆਂ ਗੱਲਾਂ ਓਏ ਲੋਕਾਂ ਦੇ ਅੱਗੇ ਧੁੰਨੀ ਹੁੰਦੀ ਜੀ ਇਹਦੇ ਪਿੱਛੇ ਧੁੰਨੀ ਏ ਇਹਦੇ ਵੀ ਖਰੋਟ ਲਏ ਹਨ
लेकिन अच्छी देर ना करने मुटियारे सारी गल बात खुश आजादी है तेन पता मन मुका ले बिल्कुल ठीक हूँ, लाइव जा रहे हैं और आपको हर घर में हर फैमिली देख रही है। ओ सानू पता जदों इलेक्शन बंदा जीतदा फिर ये घर घर वेखे जाए देखा जाए देखा जाए जी। होर सुनो तबीयत से? जी मैं बिल्कुल ठीक हूँ। आप बैठे ना तशरीफ रखे कुछ नहीं आए और सब ठीक है? जी जी बिल्कुल ठीक। एक कुर्सी उधर ले आवा। सिर्फ इना को फर्क पिया जी, पहला असि किसी नु सीट ते बिठांदे आ, हुण असि आप बह गए। असि तो बड़े लोगों सीटां ते बिठाया जी, असि तो निके निके बच्चे फट्टी रख के उत्ते बिठा नहीं फड़े जाते जी। सर आप मुझे ये बताएं इससे पहले आप क्या करते थे? असी शुरू तो ही इलेक्शन इलेक्शन ही जीते ने, इलेक्शन ही जीते ने असी। हां जी हां जी, तो दादे इलेक्शन जीते ने। सर कैसे हैं आप? अल्लाह के शुक्र आराम से ना। सर आपका हाथ बहुत सख्त है। लाइव जा रहा है जी? जी लाइव जा रहे हैं इसीलिए कैमरे में ऐसी बात नहीं करते ना, अच्छा नहीं लगता। सही दसने गंडे कट के आई हाथी नहीं धोते कि सब्जी सुब्जी बनाई होनी है ना, इस वास्ते नखन इन्ने वधाए क्यों ने? कितनी देर से आप इंटरव्यू कर रही है लोगों? एक मिनट मेरा हेयर स्टाइल क्यों? मन भावे ना मन खब्बी साइड तो भारे नहीं फैक्ट्री गिले बाहर पाई जाई ते सुके अंदर रखी जाई पढ़े लिखे हो? अच्छा मैं एक बात कर लूं, अगर आपको किसी मुल्क का दौरा करना पड़े तो आप कहाँ जाएंगे? मैं इंडिया जाऊंगा।
वो क्यों? मैं जाने मोदी की टेंड करनी मेरे दिल की ख्वाहिश है कैसी गल करो उसकी टेंड हो जाए सर आपको उस पे इतना गुस्सा है बहुत गुस्सा जी मैंने ये फिर आप पकड़ ले नहीं अच्छा नहीं लगता जी आप देखो ना ये जेड़े जेड़े सवाल जवाब कर दो ते हाथ ची चंगा लगेगा क्योंकि आपने मुझसे सवाल करने तो मुझे अच्छा लगेगा नहीं नहीं आप बताए बस ठीक है ऐसे ठीक है आप मुझे बताए कि आप कितने पढ़ी हैं मैंने जी डबल एमए की है एक सवाल कर सकते हैं आपके साथ जी जी बिल्कुल दो करें अच्छा मैंने ये 10-20 किलो चौलों में चीनी कितनी लगती दर्दा दुर्दा नहीं पका सकते और रजब ने पुत्र हमामो से आके जहां और भी है आ जाए अभी इंटरव्यू और भी है जी सर आप कैसी बातें कर आप इनको छोड़ दें आप कोई टाइम निकाल के मेरे ऑफिस में आ जाएं अच्छा वैसे वहां बैठ के बातें करेंगे दोनों हैं ठीक है आपका ऑफिस कहां है बाहर निकलोगे ना पिंड टांगे वाला अड्डा देखे ना जी जी उधर सामने राजू गर्म हमाम लिखा उधर बैक साइड पे मेरा ऑफिस है बैक साइड पे ऑफिस है आओ असि उधर बैठ के गल कर रहे हैं ए जो सब लगाए मुझे कुछ कुछ होता है नहीं नहीं चले रजबली तू कहना चैनल वाली मेनू लगता दिहाड़ी वाली